ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਰਾਤ ਦੀ ਬਚੀ ਹੋਈ ਸਬਜੀ ਨਾਲ ਬਹੁਤ ਹੀ ਜ਼ਿਆਦਾ ਟੇਸਟੀ कुरकुरੇ ਕਰਾਰੇ ਪਰਾਂਠੇ ਫਰੈਂਡਸ ਇਹ ਪਰਾਂਠੇ ਇੰਨੇ ਜ਼ਿਆਦਾ ਵਧੀਆ ਬਣਦੇ ਨੇ ਕਿ ਇਸ ਤੋਂ ਬਾਅਦ ਤੁਸੀਂ ਜਿਹੜੀ ਸਬਜੀ ਰਾਤ ਦੀ ਬਚੀ ਹੋएगी ਉਹ ਕਦੇ ਬਾਹਰ ਨਹੀਂ ਸਿੱਟਣੀ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਹਦੇ ਵਾਸਤੇ ਮੈਂ ਰਾਤ ਦੀ ਬਚੀ ਹੋਈ ਆਲੂ ਪਿਆਜ਼ ਟਮਾਟਰ ਹਰੀ ਮਿਰਚ ਦੀ ਸਬਜੀ ਲਈਏ ਤੇ ਚਟਪਾਟੀ ਮੈਂ ਸਬਜੀ ਰਾਤ ਕੁੱਕਰ ਵਿੱਚ ਬਣਾ ਲਈ ਸੀ ਤੇ ਉਹ ਬਚ ਗਈ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਫਰੈਂਡ ਤੇ ਇਹਦੇ ਪਰਾਂਠੇ ਵੀ ਇੰਨੇ ਟੇਸਟੀ ਬਣਨਗੇ ਤੇ ਸਬਜੀ ਜਿੰਨੀ ਆਪਾਂ ਜ਼ਰੂਰਤ ਹੈ ਓਨੀ ਆਪਾਂ ਲੈ ਲਵਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਨਵਾਂ ਕੇ ਸਵਾਦ ਅਨੁਸਾਰ ਸਬਜੀ ਵਿੱਚ ਵੀ ਮਸਾਲੇ ਹੈਗੇ ਨੇ ਇੱਕ ਚਮਚ ਲਾਲ ਮਿਰਚ ਪਾਊਡਰ ਮੈਂ ਇੱਥੇ ਪਾਇਆ ਇੱਕ ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੁਸੀਂ ਮਸਾਲੇ ਹੋਰ ਕੋਈ ਜੇਕਰ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਪਾ ਸਕਦੇ ਹੋ ਪਰ ਸਬਜੀ ਵਿੱਚ ਪਹਿਲਾਂ ਹੀ ਕਾਫੀ ਮਸਾਲੇ ਹੈਗੇ ਨੇ ਇਸ ਵਾਸਤੇ ਮੈਂ ਥੋੜੀ ਘੱਟ ਮਾਤਰਾ 'ਚ ਮਸਾਲੇ ਪਾਵਾਂਗੀ ਤੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤੁਸੀਂ ਮੈਸ਼ਰ ਦੇ ਨਾਲ ਵੀ ਇਸ ਨੂੰ ਮੈਸ਼ ਕਰ ਸਕਦੇ ਹੋ ਇੱਕ ਦੋ ਹਰੀਆਂ ਮਿਰਚਾਂ ਬਾਰੀਕ ਕੱਟ ਕੇ ਪਾਵਾਂਗੇ ਜੇਕਰ ਤੁਸੀਂ ਚਾਹੋ ਤਾਂ ਇੱਥੇ ਇੱਕ ਛੋਟਾ ਪਿਆਜ਼ ਵੀ ਬਾਰੀਕ ਕੱਟ ਕੇ ਪਾ ਸਕਦੇ ਹੋ ਤੇ ਨਾਲੇ ਹਰਾ ਧਨੀਆ ਪਾ ਦਵਾਂਗੇ ਬਾਰੀਕ ਕਟਿਆ ਹੋਇਆ ਤੁਸੀਂ ਐਦੀ ਥਾਂ ਤੇ ਹਰੀ ਮੇਥੀ ਤੇ ਹਰੀ ਪਾਲਕ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਕਣਕ ਦਾ ਆਟਾ ਪਾਵਾਂਗੇ ਤੇ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਇੱਕੋ ਨਾਲੇ ਆਪਾਂ ਨਹੀਂ ਪਾਣਾ ਥੋੜਾ ਥੋੜਾ ਕਰਕੇ ਆਟਾ ਪਾਵਾਂਗੇ ਪਾਣੀ ਐਸੇ ਆਪਾਂ ਬਿਲਕੁਲ ਐਡ ਨਹੀਂ ਕਰਾਂਗੇ ਜੇਕਰ ਜ਼ਰੂਰਤ ਲੱਗੇ ਥੋੜੀ ਸਬਜੀ ਤੁਸੀਂ ਪਾ ਸਕਦੇ ਹੋ ਤਰੀ ਪਾ ਸਕਦੇ ਹੋ ਸਬਜੀ ਦੀ ਤੇ ਆਟਾ ਥੋੜਾ ਥੋੜਾ ਕਰਕੇ ਪਾਉਣਾ ਹੈ ਆਟਾ ਬਹੁਤਾ ਨਹੀਂ ਹੋਣਾ ਚਾਹੀਦਾ ਜੇਕਰ ਆਟਾ ਜ਼ਿਆਦਾ ਹੋਇਆ ਤੇ ਸਬਜੀ ਘਟ ਹੋਈ ਤਾਂ ਇਹ ਜਿਹੜੇ ਪਰਾਂਠੇ ਹੈ ਜ਼ਿਆਦਾ ਵਧੀਆ ਨਹੀਂ ਬਣਨਗੇ ਸਬਜੀ ਥੋੜੀ ਜ਼ਿਆਦਾ ਲੱਗਦੀ ਹੈ ਤਾਂ ਇਹ ਪਰਾਂਠੇ ਸੌਫਟ ਬਣ ਕੇ ਤਿਆਰ ਹੋਣਗੇ ਤੇ ਖਸਤਾ कुरकुरੇ ਬਣਨਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਇਹਦੇ ਨਾਲ ਹੀ ਮੈਂ 1-2 ਚਮਚ ਬੇਸਣ ਪਾਵਾਂਗੀ ਬੇਸਣ ਨਾਲ ਜਿਹੜੇ ਪਰਾਂਠਿਆਂ ਦਾ ਟੇਸਟ ਹੈ ਹੋਰ ਵੀ ਵੱਧ ਜਾਏਗਾ ਤੁਸੀਂ ਬੇਸਣ ਜ਼ਰੂਰ ਐਡ ਕਰਿਆ ਜੇ ਪਾਣਾ ਥੋੜਾ ਹੀ ਹੈ 1-2 ਚਮਚੀ ਮੈਥੀ ਐਡ ਕੀਤਾ ਹੈ 2 ਟੇਬਲस्पून ਤੇ ਇਹਨੇ ਜਿਹੜਾ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਆਟਾ ਇਹਦੇ ਨਾਲ 5 ਕੁ 5-6 ਪਰਾਂਠੇ ਬਣ ਜਾਣਗੇ ਨੋਰਮਲ ਸਾਈਜ਼ ਦੇ ਤੇ ਆਟਾ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚੋਂ ਇੱਕ ਲੋਹੀ ਮੈਂ ਤੋੜ ਕੇ ਲੈ ਲਈ तो हूँ आपाठे बेल लवेंगे तो थोड़ा थोड़ा सुा आटा आप लगाते जावे ताकि ये चिपके नहीं परठे ना बहुते मोटे होने चाहिए ना ही बहुते पतले ता ही वजिए लगन गांठा जै बेल लिया चंगी तरह देखो इस तरह इस तरीके आप सारे पराठे बेल लवेंगे तो तवा इतने गर्म हो चुका है तवे तो मैं परा लाता तो हम ਆਪਾਂ ਜਦੋਂ ਇੱਕ ਸਾਈਡ ਤੋਂ ਇਹ ਪੱਕ ਜੇ ਹਲਕਾ ਜਾ ਤੇ ਉਦੋਂ ਆਪਾਂ ਕਿਓ ਲਾਵਾਂਗੇ ਮੈਂ ਪ੍ਰਾਂਠੇ ਦੇਸੀ ਕਿਓ ਚ ਬਣਾਉਣ ਲੱਗੇ ਹਾਂ ਤੁਸੀਂ ਓਇਲ ਵੀ ਯੂਜ਼ ਕਰ ਸਕਦੇ ਹੋ ਵੈਸੇ ਪ੍ਰਾਂਠੇ ਜਿਹੜੇ ਹੈ ਉਹ ਦੇਸੀ ਕਿਓ ਵਿੱਚ ਹੀ ਵਧੀਆ ਲੱਗਦੇ ਨੇ ਤੇ ਪ੍ਰਾਂਠਿਆਂ ਨੂੰ ਆਪਾਂ ਦੋਨੇ ਸਾਈਡਾਂ ਤੋਂ ਸੇਕ ਲਵਾਂਗੇ ਚੰਗੀ ਤਰ੍ਹਾਂ ਮੀਡੀਅਮ ਫਲੇਮ ਆਪਾਂ ਰੱਖਾਂਗੇ तुम पराठे को इस तरह दबा दबा के सेक सकते हो तो यह जोड़े पराठे है क्रिस्पी बन के तैयार होगी तो जिड़ी आप सब्जी का यूज़ किया है वो अंदर तो ये सॉफ्ट बनने बहुत ही ज़्यादा टेस्टी परांठा बन के तैयार हो गया है इस तरीके आप सारे परांठे बना लवेंगे जेकर फ्रेंड रेसिपी पसंद आई हो तो लाइक शेयर कमेंट जरूर कर